ਇਹ ਤਸਵੀਰਾਂ ਇੱਕ ਭਿਆਨਕ ਸੜਕ ਹਾਦਸੇ ਦੀਆਂ ਨੇ ਜਿੱਥੇ ਇੱਕ ਮਾਂ ਦੀ ਮੌਤ ਹੋ ਗਈ ਹੈ ਤੇ ਪੁੱਤ ਗੰਭੀਰ ਰੂਪ ਦੇ ਨਾਲ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਦਰਅਸਲ ਇੱਥੇ ਇੱਕ ਖੜੇ ਟਰੱਕ ਦੇ ਨਾਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਹੋਈ ਹੈ ਜਿਸ ਕਰਕੇ ਕਾਰ ਬੁਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਈ ਅਤੇ ਮਾਂ ਤੇ ਪੁੱਤ ਦੋਨੋਂ ਹੀ ਇਸ ਕਾਰ ਦੇ ਵਿੱਚ ਫਸ ਗਏ ਜਿਨ੍ਹਾਂ ਨੂੰ ਲੋਕਾਂ ਨੇ ਬੜੀ ਮਸ਼ਕਤ ਦੇ ਨਾਲ ਬਾਹਰ ਕੱਢਿਆ ਪਰ ਜਦੋਂ ਇਹਨਾਂ ਨੂੰ ਬਾਹਰ ਕੱਢਿਆ ਤਾਂ ਮਾਂ ਦੀ ਮੌਤ ਹੋ ਚੁੱਕੀ ਸੀ ਜਦ ਕਿ ਪੁੱਤ ਗੰਭੀਰ ਰੂਪ ਦੇ ਨਾਲ ਜ਼ਖਮੀ ਸੀ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਫਿਲੌਰ ਦੇ ਵਿੱਚ ਵਾਪਰਿਆ ਜਿੱਥੇ ਦਵਾਈਆਂ ਦੀ ਫੈਕਟਰੀ ਦੇ ਸਾਹਮਣੇ ਹੀ ਇੱਕ ਖੜੇ ਟਰੱਕ ਦੇ ਨਾਲ ਇਹ ਤੇਜ਼ ਰਫ਼ਤਾਰ ਕਾਰ ਟਕਰਾ ਜਾਂਦੀ ਹੈ। ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਜਾਂਦਾ ਹੈ। ਗੱਡੀ ਦਾ ਇੱਕ ਪਾਸਾ ਹੀ ਲੱਥ ਜਾਂਦਾ ਹੈ ਅਤੇ ਮਾਂ ਤੇ ਪੁੱਤ ਜੋ ਇਸ ਗੱਡੀ 'ਚ ਸਵਾਰ ਸਨ ਉਹ ਇਸ ਕਾਰ ਦੇ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬੜੀ ਮਸ਼ਕਤ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ ਕਿਉਂਕਿ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਪੁੱਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਕਿ ਸੇਵਾ ਮੁਕਤ ਮੋਹਨ ਲਾਲ ਜੋ ਕਿ ਬੰਗੇ ਦਾ ਰਹਿਣ ਵਾਲਾ ਸੀ ਆਪਣੀ 78 ਸਾਲਾਂ ਮਾਂ ਦੇ ਨਾਲ ਕਾਰ 'ਚ ਸਵਾਰ ਹੋ ਕੇ ਫਗਵਾੜਾ ਵੱਲ ਜਾ ਰਿਹਾ ਸੀ ਅਤੇ ਸਾਹਮਣੇ ਇੱਕ ਖੜੇ ਟਰੱਕ ਦੇ ਵਿੱਚ ਉਹਨਾਂ ਦੀ ਕਾਰ ਜ਼ੋਰ ਨਾਲ ਟਕਰਾ ਗਈ। ਇਸ ਜ਼ਬਰਦਸਤ ਟੱਕਰ ਤੋਂ ਬਾਅਦ ਗੱਡੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ, ਚੱਕਣਾ ਚੂਰ ਹੋ ਗਈ, ਗੱਡੀ ਦਾ ਇੱਕ ਹਿੱਸਾ ਹੀ ਲੱਥ ਗਿਆ। ਮਾਂ ਤੇ ਪੁੱਤ ਇਸ ਕਾਰ ਦੇ ਵਿੱਚ ਕਈ ਘੰਟਿਆਂ ਤੱਕ ਫਸੇ ਰਹੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬੜੀ ਮਸ਼ਕਤ ਦੇ ਨਾਲ ਬਾਹਰ ਕੱਢਿਆ ਗਿਆ। ਉਧਰ ਇਹ ਮੌਕੇ ਤੇ ਪਹੁੰਚੇ ASI ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਵਿਜੇ ਕੁਮਾਰ ਆ ਜੀ, ਇਹ ਸਰ ਜੀ ਮੇਨ ਰੋਡ ਤੇ ਨਾ ਗੱਡੀ ਆਉਂਦੀ ਸੀਗੀ, ਬਹੁਤ ਫਾਸਟ ਸੀਗੀ ਇਹ ਤੇ ਖੜਾ ਕੰਟੇਨਰ ਦੇ ਵਿੱਚ ਗੱਡੀ ਵੱਜੀ ਆ ਤੇ ਇੱਕ ਨੂੰ ਇੱਕ ਸਹੀ ਆ ਜੀ ਤੇ ਆਂਟੀ ਦੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੂੰ ਆਪਾਂ ਭੇਜ ਦਿੱਤਾ ਹੈ ਜੀ ਹੁਣ ਐਂਬੂਲੈਂਸ 'ਚ ਪਾ ਕੇ। ਇਹ ਜੀ ਆਪਣੇ ਫਲੋਰ ਤੋਂ ਆਏ ਸੀਗੇ, ਜਲੰਧਰ ਵਾਲੀ ਸਾਈਡ ਨੂੰ ਜਾਂਦੇ ਬੰਗਿਆਂ ਦੇ ਸੀਗੇ ਜੀ ਨਵੇਂ, ਇਹ ਦੋ ਜਣੇ ਸੀਗੇ ਜੀ। ਹਾਂਜੀ, ਜਿਹੜੇ ਜ਼ਖਮੀ ਆ ਉਹਨੂੰ ਜ਼ਖਮੀ ਆ ਜੀ ਉਹਨੂੰ ਹਸਪੀਟਲ ਭੇਜ ਦਿੱਤਾ ਜੀ। ਆਇਆ ਤੇ ਐਕਸੀਡੈਂਟ ਹਾਈਵੇ ਤੇ ਹੋਇਆ, ਕਿੱਥੇ ਹੋਇਆ ਐਕਸੀਡੈਂਟ? ਇਹ ਹੋਇਆ ਜੀ ਦਵਾਈਆਂ ਦੀ ਫੈਕਟਰੀ ਅਪੋਜਿਟ ਸਾਈਡ ਹੋਇਆ। ਠੀਕ ਹੈ, ਫਵਾੜੇ ਫਲੋਰ ਤੋਂ ਫਵਾੜੇ ਨੂੰ ਜਾਂਦੇ I-20 ਕਾਰ ਹੀ ਜਿਹੜੇ ਰਿਟਾਇਰ ਪ੍ਰਿੰਸੀਪਲ ਚਲਾ ਰਹੇ, ਉਹਨਾਂ ਦੀ ਮਾਤਾ ਜਿਹੜੀ ਹੈ ਨਾਲ ਬੈਠੀ 70 ਸਾਲ ਉਮਰ ਉਹਨਾਂ ਤੇ ਜਿਹੜੇ ਕੰਡਕਟਰ ਸਾਹਿਬ ਬੈਠੇ ਤੇ ਉਹਨਾਂ ਖੜੇ ਟਰੱਕ ਦੇ ਵਿੱਚ ਵੱਜਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ। ਜਿਹਨਾਂ ਦੀ ਡੈਡ ਬੋਡੀ ਜਿਹੜੀ ਸਿਵਲ ਹਸਪਤਾਲ ਭੇਜ ਦਿੱਤੀ। ਇਹ ਫਲੋਰ ਤੋਂ ਫਵਾੜੇ ਨੂੰ ਜਾ ਰਹੇ। ਦੋ ਜਣੇ ਜ਼ਖਮੀ, ਉਹਨਾਂ ਦਾ ਜਿਹੜਾ ਰਿਟਾਇਰ ਪ੍ਰਿੰਸੀਪਲ ਨੇ ਉਹਨਾਂ ਨੂੰ ਇਲਾਜ ਵਾਸਤੇ ਭੇਜ ਦਿੱਤਾ ਹੈ ਸਿਵਲ ਹਸਪਤਾਲ ਫਲੋਰ। ਵਿਜੇ ਕੁਮਾਰ ਆ ਜੀ, ਇਹ ਸਰ ਜੀ ਮੇਨ ਰੋਡ ਤੇ ਨਾ ਗੱਡੀ ਆਉਂਦੀ ਸੀਗੀ, ਬਹੁਤ ਫਾਸਟ ਸੀਗੀ ਇਹ ਤੇ ਖੜਾ ਕੰਟੇਨਰ ਦੇ ਵਿੱਚ ਗੱਡੀ ਵੱਜੀ ਆ ਤੇ ਇੱਕ ਨੂੰ ਇੱਕ ਸਹੀ ਆ ਜੀ ਤੇ ਆਂਟੀ ਦੀ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੂੰ ਆਪਾਂ ਭੇਜ ਦਿੱਤਾ ਹੈ ਜੀ ਹੁਣ ਐਂਬੂਲੈਂਸ 'ਚ ਪਾ ਕੇ। ਇਹ ਜੀ ਆਪਣੇ ਫਲੋਰ ਤੋਂ ਆਏ ਸੀਗੇ, ਜਲੰਧਰ ਵਾਲੀ ਸਾਈਡ ਨੂੰ ਜਾਂਦੇ ਬੰਗਿਆਂ ਦੇ ਸੀਗੇ ਜੀ ਨਵੇਂ, ਇਹ ਦੋ ਜਣੇ ਸੀਗੇ ਜੀ। ਹਾਂਜੀ, ਜਿਹੜੇ ਜ਼ਖਮੀ ਆ ਉਹਨੂੰ ਜ਼ਖਮੀ ਆ ਜੀ ਉਹਨੂੰ ਹਸਪੀਟਲ ਭੇਜ ਦਿੱਤਾ ਜੀ।